ਸੰਬੰਧ ਵਿੱਚ ਬਸੀ ਪਠਾਣਾ ਵਿਖੇ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲੋਕਾਂ ਤੋਂ ਇਲਾਵਾ ਹਲਕਾ ਵਿਧਾਇਕ ਸ਼੍ਰੀ GP ਸਿੰਘ ਵੀ ਸ਼ਾਮਿਲ ਹੋਏ। ਲੋਕਾਂ ਨੇ ਖੂਬ ਫੁੱਲਾਂ ਦੀ ਵਰਖਾ ਕੀਤੀ। ਪੇਸ਼ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਸ਼ੇਸ਼। ਸੋ ਆਪ ਸਭ ਦੇ ਸਹਿਯੋਗ ਸੇ ਇਹ ਆਯੋਜਨ ਕੀਆ ਜਾ ਰਹਾ ਹੈ। ਮੈਨੂੰ ਪਸੰਦ ਆ, ਵਪਾਰ ਮੈਂ ਤੈਨੂੰ ਕਹਿੰਦਾ ਬਾਹਰ ਕਰਾ ਲੈਂਦੇ ਜ਼ਿਆਦਾ ਵਧੀਆ ਸੀ। ਆਜ ਕੀ ਸਲਾਹ ਕਰਾਂ ਤੇ ਬਾਹਰ ਵਧੀਆ ਜੱਜਾਂ ਬੈਠੋ ਗੱਲ ਕਰ ਕੀਆ ਜਾ ਰਹਾ, ਜਿਸ ਨੂੰ ਵਿਸ਼ੇਸ਼ ਤੌਰ ਤੇ ਹਮੇ ਆਸ਼ੀਰਵਾਦ ਦੇਣੇ ਕੇ ਲਈ ਸ਼੍ਰੀ ਧਾਮ ਵ੍ਰਿੰਦਾਵਨ ਸੇ ਸ਼੍ਰੀ ਗੋਵਰਧਨ ਜੀ ਸੇ ਹਮਾਰੇ ਬੀਚ ਮੇ ਸਵਾਮੀ ਸਚੀ ਦਾ ਨਾਮ ਸੀ ਵਿਧਾਰੇ ਉਨਕਾ ਸ਼੍ਰੀ ਰਾਮ ਲੀਲਾ ਕਮੇਟੀ ਕੀ ਤਰਫ ਸੇ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸਵਾਗਤ। ਹੱਥ ਨਾ ਕਰ ਪਿੱਛੇ ਪਿੱਛੇ ਸਾਹਿਬ, ਹਮਾਰੇ ਇਲਾਕੇ ਕੇ MLA ਸਾਹਿਬ ਆਹ
ਸ਼ਾਮਿਲ ਹੋਣੇ ਕੇ ਲੀ ਤਰਾਰ ਚੁੱਕੇ ਹੈ। ਇੱਕ ਵਾਰ ਫਿਰ ਸ਼੍ਰੀ ਰਾਮਲੀਲਾ ਕਮੇਟੀ ਕੀ ਤਰਫ ਸੇ ਹਮਕਾ ਤਹਿ ਦਿਲ ਸੇ ਹਾਰਦਿਕ ਸਵਾਗਤ ਔਰ ਹਾਰਦਿਕ ਅਭਿਨੰਦਨ। ਬਹੁਤ ਬਹੁਤ ਖੁਸ਼ੀ ਵਧੀਆ ਮਨਾਇਆ ਜਾ ਰਿਹਾ ਜਿਵੇਂ ਅੱਜ ਰਾਮਲੀਲਾ ਵੀ ਮਨਾਈ ਜਾ ਰਹੀ ਹੈ, ਅੱਜ ਬਰਾਤ ਲੈ ਕੇ ਜਾ ਰਹੇ ਔਰ ਬਾਜ਼ਾਰ ਵਿੱਚ ਸਾਰੀ ਮੁਬਾਰਕਾਂ ਦੇਵਾਂ ਕਿਉਂਕਿ ਹਰ ਸਾਲ ਪਹਿਲਾਂ ਅੱਜ ਅਸੀਂ ਜੋ ਰਾਮ ਬਰਾਤ ਲੈ ਕੇ ਜਾ ਰਹੇ ਹਾਂ ਗਲੀ ਗਲੀ ਜਾਵਾਂਗੇ, ਇਹਨਾਂ ਬੜਾ ਸਾਨੂੰ ਸਮਝਣਾ।